ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ, ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ। ਸੂਬੇ ਚ ਹੁਣ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਤੱਕ 1,54,00,000 ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ। ਸਾਨੂੰ ਕੋਈ ਪਰੇਸ਼ਾਨੀ ਆਉਂਦੀ, ਅਸੀਂ ਦਵਾਈ ਲੈਣ ਚਲੇ ਜਾਂਦੇ ਹਾਂ, ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਂਦਾ, ਡਾਕਟਰ ਸਾਹਿਬ ਕੋਲ ਜਾਈਦਾ, ਡਾਕਟਰ ਸਾਹਿਬ ਨੂੰ ਆਪਣੇ ਘਰ ਨਾਲ ਲੈ ਕੇ ਜਾਈਦਾ, ਹਰ ਘਰਦਿਆਂ ਨੂੰ ਦੇਖ ਲੈਂਦੇ ਨੇ, ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ, ਟਾਈਮ ਨਾਲ ਅਸੀਂ ਸਾਰਾ ਕੁਛ ਸਾਨੂੰ ਮਿਲਦਾ। ਭਗਵੰਤ ਮਾਨ ਸਰਕਾਰ ਨੇ ਭਾਰੂ ਕੈਂਪ 'ਚ ਕਲੀਨਿਕ ਮੁਹੱਲਾ ਖੋਲ੍ਹਿਆ। ਇਹਨਾਂ ਦੀ ਆਮ ਜਨਤਾ, ਗਰੀਬ ਜਨਤਾ, ਮਤਲਬ ਮੈਂ ਹੀ ਹਾਂ, ਅਗਰ ਮੇਰੀ ਜਿਹਦੇ ਕੋਲ ਪੈਸਾ ਨਹੀਂ, ਮੈਂ ਕਿਸੇ ਚੀਜ਼ ਤੋਂ ਬਿਮਾਰ ਹੋ ਜਾਂਦਾ ਵਾਂ, ਚਾਹੇ ਮੈਨੂੰ ਉਲਟੀਆਂ ਲੱਗ ਜਾਂਦੀਆਂ, ਲੂਲ ਮੋਸ਼ਨ ਲੱਗ ਜਾਂਦੇ ਨੇ, ਚਾਹੇ ਬਹਾਰ ਚੜ੍ਹ ਜਾਂਦਾ, ਮੇਰੇ ਕੋਲ ਪੈਸਾ ਨਹੀਂ ਹੈਗਾ, ਤੇ ਮੈਂ ਮੁਹੱਲਾ ਕਲੀਨਿਕ ਆ ਕੇ ਫ੍ਰੀ ਇਲਾਜ ਕਰਾ ਸਕਦਾ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ। ਸ਼ਹੀਦਾਂ ਦੀ ਧਰਤੀ ਸੈਨੀਵਾਲਾ ਵਿਖੇ ਅੱਜ ਤੁਹਾਨੂੰ ਇੱਕ ਸਪੈਸ਼ਲ ਟ੍ਰੇਨ ਵਿਖਾਉਂਦੇ ਹਾਂ, ਜਿਹੜੇ ਟ੍ਰੇਨ ਦੇ ਵਿੱਚ ਇੱਕ ਮਿਊਜ਼ੀਅਮ ਬਣਾਇਆ ਹੋਇਆ, ਜਿਹਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਦੋਂ ਪਹਿਲਾਂ ਦੇ ਟਾਈਮ ਦੇ ਵਿੱਚ ਜੋ ਟ੍ਰੇਨ ਇੱਥੋਂ ਚੱਲਦੀ ਸੀ, ਜਦੋਂ ਸਰਹੱਦ ਪਾਰ ਜਿਹੜੇ ਪਾਕਿਸਤਾਨ ਤੱਕ ਜਾਂਦੀ ਸੀ, ਅਤੇ ਉਹਦੇ ਵਿੱਚ ਕਿਹੜੇ ਸਟੇਸ਼ਨ ਆਉਂਦੇ ਸੀਗੇ ਅਤੇ ਕਿਸ ਤਰ੍ਹਾਂ ਦਾ ਜਿਹੜਾ ਸ਼ਹਿਰ ਦੇਖਣ ਨੂੰ ਮਿਲਦੇ ਸੀਗੇ, ਉਹ ਸਾਰਾ ਜਿਹੜਾ ਇਹਦੇ ਵਿੱਚ ਉਜਾਗਰ ਕੀਤਾ ਹੈ। ਅਤੇ ਲੋਕ ਸੈਲਾਨੀ ਜਿਹੜੇ ਇੱਥੇ ਪਹੁੰਚਦੇ ਨੇ, ਅਤੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਇੱਥੇ ਸੈਲਾਨੀ ਪਹੁੰਚ ਕੇ ਅਤੇ ਇਸ ਟ੍ਰੇਨ ਦਾ ਜਿਹੜਾ ਆਨੰਦ ਲੈਂਦੇ ਦਿਖਾਈ ਦੇ ਰਿਹਾ ਵੀ ਸਰਕਾਰ ਵੱਲੋਂ ਇੱਕ ਵਧੀਆ ਕਦਮ ਜਿਹੜਾ ਉਠਾਇਆ ਗਿਆ ਸੈਲਾਨੀਆਂ ਵਾਸਤੇ, ਕਿਉਂਕਿ ਸ਼ਹੀਦੀ ਜਿਹੜਾ ਸਮਾਰਕ ਹੈਗਾ, ਸ਼ਹੀਦੀ ਸਥਲ ਹੈਗਾ, ਜਿੱਥੇ ਲੋਕ ਸੈਲਾਨੀ ਜ਼ਿਆਦਾਤਰ ਜਿਹੜੇ ਇੱਥੇ ਜਦੋਂ ਆਉਂਦੇ ਨੇ ਅਤੇ ਉਦੋਂ ਇਹ ਟ੍ਰੇਨ ਦਾ ਜਿਹੜਾ ਲੁਤਫ ਉਠਾਉਂਦੇ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਟ੍ਰੇਨ ਦੇ ਵਿੱਚ ਚੱਲਦੀਆਂ, ਅਤੇ ਤਸਵੀਰਾਂ ਇਹ ਸਾਫ਼ ਤੌਰ 'ਤੇ ਦਿਖਾਈ ਦੇ ਰਹੀਆਂ ਵੀ ਕਿਸ ਤਰ੍ਹਾਂ ਪਾਕਿਸਤਾਨ ਦੇ ਜਿਹੜੇ ਸ਼ਹਿਰ ਹੈ ਇਹਦੇ ਵਿੱਚ ਜਦੋਂ ਟ੍ਰੇਨ ਜਾਂਦੀ ਸੀਗੀ ਅਤੇ ਉਹਦੇ ਵਿੱਚ ਜਿਹੜੇ ਦੇਖੇ ਜਾਂਦੇ ਸੀਗੇ, ਉਸ ਤਰ੍ਹਾਂ ਦੇ ਸੈਲਾਨੀ ਜਿਹੜਾ ਇੱਥੋਂ ਵੇਖ ਕੇ ਕਾਫ਼ੀ ਆਨੰਦ ਵੀ ਲੈ ਰਹੇ ਆ। ਅਤੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਖਾਸ ਤੌਰ 'ਤੇ ਇਹ ਜਿਹੜੀ ਟ੍ਰੇਨ ਹੈ ਸਿਰਫ ਸਰਹੱਦ ਪਰ ਪਾਕਿਸਤਾਨੀ ਜਾ ਰਹੀ ਹੋਵੇ, ਲੇਕਿਨ ਭਾਵੇਂ ਮਿਊਜ਼ੀਅਮ ਦਾ ਰੂਪ ਜਿਹੜਾ ਇਹਨੂੰ ਦਿੱਤਾ ਗਿਆ, ਅਤੇ ਇਹਦੇ ਵਿੱਚ ਜਿਹੜੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਵੀ ਇੱਕ ਸਪੈਸ਼ਲ ਬਿਆਨ ਕਰਦੀਆਂ, ਕਿਉਂਕਿ ਜ਼ਿਆਦਾਤਰ ਜਦੋਂ ਲੋਕ ਹੈ ਉਹ ਫਿਰੋਜ਼ਪੁਰ ਤੋਂ ਬਾਹਰ ਤੋਂ ਆਉਂਦੇ ਨੇ ਅਤੇ ਉਹ ਸੈਨੀਵਾਲਾ ਜਦੋਂ ਪਹੁੰਚਦੇ ਨੇ ਅਤੇ ਉਹਨਾਂ ਵਾਸਤੇ ਜਦੋਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਨੇ ਤਾਂ ਉਹ ਸਪੈਸ਼ਲ ਟ੍ਰੇਨ ਦਾ ਵੀ ਸਫ਼ਰ ਕਰਦੇ ਆ, ਜਿਹਦੇ ਵਿੱਚ ਸਾਫ਼ ਤੌਰ 'ਤੇ ਆਪਣਾ ਆਨੰਦ ਵੀ ਲੈਂਦੇ ਦਿਖਾਈ ਦੇ ਰਿਹਾ ਅਤੇ ਪੁਰਾਣੀ ਜਿਹੜੀਆਂ ਯਾਦਾਂ ਹੈ ਉਹਨੂੰ ਵੀ ਤਾਜ਼ਾ ਕਰਦੀਆਂ ਦਿਖਾਈ ਦੇ ਰਿਹਾ, ਕਿਉਂਕਿ ਖਾਸ ਤੌਰ 'ਤੇ ਜਿਹੜੇ ਨੌਜਵਾਨ ਹੈਗੇ ਆ ਉਹ ਇਸ ਚੀਜ਼ ਦੇ ਨਾਲ ਜ਼ਰੂਰ ਜੁੜਨਾ ਚਾਹੁੰਦੇ ਆ, ਕਿਉਂਕਿ ਜਦੋਂ ਪਹਿਲੇ ਦੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਇਹ ਟ੍ਰੇਨ ਪਾਕਿਸਤਾਨ ਵੱਲ ਜਾਂਦੀ ਸੀ ਅਤੇ ਕਿਸ ਤਰ੍ਹਾਂ ਦੇ ਸ਼ਹਿਰ ਜਿਹੜੇ ਉੱਥੇ ਦਿਖਾਈ ਦਿੰਦੇ ਸੀ,
ਸਾਰੀਆਂ ਤਸਵੀਰਾਂ ਇਹਦੇ ਵਿੱਚ ਨਜ਼ਰ ਆਉਂਦੀਆਂ ਅਤੇ ਉਹ ਯਾਦਾਂ ਅਤੇ ਉਹ ਜਿਹੜਾ ਇਤਿਹਾਸ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵਾਰ ਦੁਹਰਾਉਂਦਾ ਜਿਹੜਾ ਇਹ ਤਸਵੀਰਾਂ ਦਾ ਉਹ ਖਾਸ ਤੌਰ 'ਤੇ ਦਿਖਾਈ ਜ਼ਰੂਰ ਦਿੰਦਾ। ਸਰ ਕਾਂ ਕੇ ਰਹਿਣੇ ਵਾਲੇ ਔਰ ਤੁਸੀਂ ਅੱਜ ਫਿਰੋਜ਼ਪੁਰ ਪਹੁੰਚੋ ਕਿ ਰਿਸ਼ਤੇਦਾਰ ਰਹਿੰਦੇ ਇੱਥੇ ਮੇਰੇ ਅਤੇ ਮੈਂ ਇੱਥੇ ਫਿਰੋਜ਼ਪੁਰ ਆਇਆ ਹੋਇਆ ਅੱਜ ਸੁਭਾਗੇ ਨਾਲ ਦੂਸਰੀ ਵਾਰੀ ਮੌਕਾ ਮਿਲਿਆ ਮੈਨੂੰ ਹੁਸੈਨੀ ਵਾਲੀ ਬਾਰਡਰ ਦਾ ਦੇਖਣ ਦਾ ਅਤੇ ਮੈਂ ਇੱਥੇ ਆਇਆ ਬਹੁਤ ਹੀ ਇੰਜੋਏ ਕੀਤਾ ਪਰੇਡ ਬਹੁਤ ਵਧੀਆ ਇੱਥੇ ਆ ਕੇ ਇੱਕ ਦੇਸ਼ ਭਗਤੀ ਜਗ ਜਾਂਦੀ ਜਿੱਦਾਂ ਹੀ ਆਪਾਂ ਇੱਥੇ ਐਂਟਰ ਕਰਦੇ ਤਾਂ ਸਾਡੇ ਲੂਹ ਕੰਡਾ ਖੜਾ ਹੋ ਜਾਂਦਾ ਸਾਨੂੰ ਉਹੀ ਆਜ਼ਾਦੀ ਭਗਤ ਸਿੰਘ ਵਾਲੇ ਦਿਨ ਯਾਦ ਆ ਜਾਂਦੇ ਜਿਹੜੇ ਕਿ ਉਹ ਪੁਰਾਣੇ ਟਾਈਮ ਦੇ ਵਿੱਚ ਕਿੱਦਾਂ ਉਹਨਾਂ ਨੇ ਸਾਨੂੰ ਆਜ਼ਾਦੀਆਂ ਦਿਲਾਈਆਂ ਕਿੱਦਾਂ ਕਿੱਦਾਂ ਉਹਨਾਂ ਨੇ ਤਪ ਕੀਤੀ। ਜੋ ਤੁਸੀਂ ਇਹ ਮਿਊਜ਼ੀਅਮ ਦੇਖ ਰਹੇ ਹੋ ਜੋ ਟ੍ਰੇਨ ਦੇ ਵਿੱਚ ਬੈਠੇ ਹੋ ਕਿੱਦਾਂ ਦਾ ਲੱਗਦਾ ਕਿਤੇ ਹੋਰ ਵੀ ਕੰਮ ਦੀ ਅਜੇ? ਦੇਖੋ ਇਹ ਤਾਂ ਮੇਰਾ ਪਹਿਲਾ ਐਕਸਪੀਰੀਅੰਸ ਹੈ ਕਹਿਣ ਦਾ ਮਤਲਬ ਕਿ ਪੰਜਾਬ ਸਰਕਾਰ ਔਰ ਮੋਦੀ ਸਰਕਾਰ ਨੇ ਬਹੁਤ ਵਧੀਆ ਇਹ ਇੱਕ ਪਲੇਟਫਾਰਮ ਤਿਆਰ ਕੀਤਾ ਪ੍ਰੈਟਨ ਨੂੰ ਬੜਾਵਾ ਦੇਣ ਲਈ। ਠੀਕ ਹੈ ਜੀ, ਇਹਦੇ ਨਾਲ ਜੁੜ ਕੇ ਆਪਣੇ ਬੱਚਿਆਂ ਨੂੰ ਪਤਾ ਲੱਗੇਗਾ, ਸਾਡੇ ਪਿਛੋਕੜ ਬਾਰੇ ਪਤਾ ਲੱਗੇਗਾ, ਸਾਡੇ ਫਰੀਡਮ ਫਾਈਟਰਸ ਬਾਰੇ ਪਤਾ ਲੱਗੇਗਾ ਕਿ ਕਿੱਦਾਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਦੇਸ਼ ਲਈ ਆਜ਼ਾਦੀ ਦਿੱਤੀ। ਠੀਕ ਹੈ ਜੀ, ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਉਹਨਾਂ ਨੇ ਕਿਆ ਕਿੰਨੇ ਤਪ ਕੀਤੇ, ਕਿੰਨੇ ਦਿਨ ਭੁੱਖੇ ਰਹੇ, ਭਗਤ ਸਿੰਘ ਵਰਗੇ ਵੀਰ ਹੋਏ। ਚੰਦਰ ਸ਼ੇਖਰ ਆਜ਼ਾਦ ਦਾ ਅੱਜ ਜਨਮ ਦਿਹਾੜਾ, ਜਨਮ ਦਿਵਸ ਵੀ ਹੈ ਅੱਜ, ਅਤੇ ਅੱਜ ਇਹ ਤਾਂ ਵੀ ਅਸੀਂ ਬਹੁਤ ਧੰਨਵਾਦੀ ਹੈ ਵੀ ਸਾਨੂੰ ਇਹ ਸੁਭਾਗੇ ਪ੍ਰਾਪਤ ਹੋਇਆ ਕਿ ਅੱਜ ਅਸੀਂ ਇੱਥੇ ਆਏ ਹਾਂ ਅਤੇ ਬਹੁਤ ਹੀ ਪਹਿਲੀ ਵਾਰ ਲਾਈਫ ਦਾ ਐਕਸਪੀਰੀਅੰਸ ਕੀਤਾ। ਇਟ ਇਜ਼ ਸੋ ਗੁੱਡ, ਇਟਸ ਅਮੇਜ਼ਿੰਗ, ਸੋ ਆਈ ਕੈਂਟ ਫੋਰਗੈਟ ਦਿਸ ਥਿੰਗ। ਓਕੇ, ਕਿੱਥੋਂ ਤੋਂ ਤੁਸੀਂ ਰਹਿਣ ਵਾਲੇ ਔਰ ਕੀ ਨਾਮ? ਮੈਂ ਗੌਰਵ ਸ਼ਰਮਾ। ਠੀਕ ਹੈ ਜੀ, ਉਹਨਾਂ ਦਾ ਪਿੰਡ ਰਾਜਪੁਰ ਸੋਹੜਾ ਤੋਂ ਰਹਿਣ ਵਾਲਾ ਹੈ। ਠੀਕ ਹੈ ਜੀ, ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਜੈ ਹਿੰਦ, ਜੈ ਭਾਰਤ, ਭਾਰਤ ਮਾਤਾ ਕੀ ਜੈ। ਭਈਆ ਕਹਾਂ ਕੇ ਰਹਿਣੇ ਵਾਲੇ ਅੱਜ ਫਿਰੋਜ਼ਪੁਰ, ਆਪ ਟ੍ਰੇਨ ਕਾ ਸਫ਼ਰ ਕਰ ਰਹੇ, ਕੈਸਾ ਲਗਾ ਆਪਕੋ? ਸਰ ਜੀ, ਮੁਝੇ ਬੜਾ ਅੱਛਾ ਲਗਾ। ਬੇਸਿਕਲੀ ਵੋ ਬਹੁਤ ਇਨਫੋਰਮੇਟਿਵ ਵੀਡੀਓਜ਼ ਥੇ ਉਸਮੇ ਜੋ ਹਮੇ ਪਹਿਲੇ ਪਤਾ ਨਹੀਂ ਥੇ, ਹਿਸਟਰੀ ਪਤਾ ਚਲੀ ਹੈ। ਲਾਈਕ ਲਾਹੌਰ ਕੋ ਲਵਪੁਰੀਆ ਬੋਲਤਾ ਹੈ, ਵੋ ਚੀਜ਼ ਹਮੇ ਨਹੀਂ ਮਾਲੂਮ ਥੀ। ਵੋ ਹਮ ਯਹਾਂ ਆ ਕੇ ਹਮੇ ਮਾਲੂਮ ਪੜਾ ਕਿ ਲਾਹੌਰ ਕੋ ਲਵਪੁਰੀ ਬੋਲਾ ਜਾਤਾ ਹੈ ਔਰ ਜਿਤਨਾ ਇੰਪੋਰਟੈਂਸ ਇਹ ਲੈਂਡ ਰੱਖਦਾ ਹੈ ਹੁਸੈਨੀ ਵਾਲਾ, ਉਹ ਚੀਜ਼ ਹਮੇ ਇਹ ਵੀਡੀਓ ਔਰ ਇਹ ਟ੍ਰੇਨ ਕੇ ਜਰਨੀ ਕੇ ਥਰੂ ਮਾਲੂਮ ਪੜੀ ਹੈ। ਕੈਸਾ ਲਗਾ ਸਰ ਜੀ? ਬਹੁਤ ਬੜੀਆ ਲਗਾ ਮੁਝੇ। ਕਹਾਂ ਕੇ ਰਹਿਣੇ ਵਾਲੇ? ਸਰ ਹਮ ਮੁੰਬਈ ਸੇ ਹੈ, ਹਮ ਮੁੰਬਈ ਸੇ ਯਹਾਂ ਆਏ ਥੇ ਦੋਸਤ ਸੇ ਮਿਲਨੇ, ਫਿਰ ਹਮ ਇਸ ਸਾਈਡ ਆ ਗਏ। ਲਗਾ ਕਿਤੇ ਕਹੀਂ ਪੇ ਗਈ ਬਿਲਕੁਲ ਇਤਿਹਾਸ ਮੇਂ ਜਾਗਨੇ ਕੀ ਲੋੜ ਹੈ? ਜੀ ਬਿਲਕੁਲ ਹੈ, ਬਿਲਕੁਲ ਹੈ, ਕਿਉਂਕਿ ਇਹ ਸਾਰੀ ਚੀਜ਼ਾਂ ਹਿਸਟਰੀ ਬੁੱਕਸ ਮੇਂ ਨਹੀਂ ਮਿਲਤੀ ਇਤਨੀ, ਕਿ ਇਹ ਕਹੀਂ ਨਾ ਕਹੀਂ ਇਕਦਮ ਏਕ ਟੋਪਿਕ ਪੇ ਸਿਮਿਟ ਕੇ ਰਹਿ ਜਾਤੀ ਹੈ। ਇਸਕੋ ਥੋੜ੍ਹਾ ਐਕਸਪਾਂਡ ਕਰਨਾ ਚਾਹੀਏ, ਥੋੜ੍ਹਾ ਔਰ ਜ਼ਿਆਦਾ ਬਤਾਨਾ ਚਾਹੀਏ ਲੋਗੋਂ ਕੋ, ਕਿਉਂਕਿ ਹੁਸੈਨੀ ਵਾਲਾ ਬਾਰਡਰ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ, ਤੋ ਉਸ ਚੀਜ਼ ਕੇ ਬਾਰੇ ਮੇਂ ਸਭਕੋ ਪਤਾ ਹੋਣਾ ਚਾਹੀਏ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ, ਫਿਰੋਜ਼ਪੁਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।